ਗੁੱਡ ਮਾਰਨਿੰਗ, ਸਵਾਗਤ, ਅਭਿਨੰਦਨ, ਨਮਸਕਾਰ, ਸਤਿ ਸ਼੍ਰੀ ਅਕਾਲ। ਮੈਂ ਐਸਟ੍ਰੋਲੋਜਰ ਅਤੇ ਵਾਸਤੂ ਐਕਸਪਰਟ ਜਿਸ਼ਨੂ ਗੁਪਤਾ ਆਪ ਸਭ ਦਾ ਸਵਾਗਤ ਕਰਦਾ ਹਾਂ ਇਸ ਖਾਸ ਪ੍ਰੋਗਰਾਮ ਅੱਜ ਦਾ ਰਾਸ਼ੀਫਲ ਵਿੱਚ। ਇਸ ਖਾਸ ਪ੍ਰੋਗਰਾਮ ਵਿੱਚ ਅਸੀਂ ਜਾਣਾਂਗੇ ਕਿ ਤੁਹਾਡੀ ਰਾਸ਼ੀ ਅਨੁਸਾਰ ਅੱਜ ਦਾ ਰਾਸ਼ੀਫਲ ਕੀ ਕਹਿੰਦਾ, ਲੱਕੀ ਕਲਰ ਕਿਹੜਾ ਹੈ, ਲੱਕੀ ਨੰਬਰ ਕੀ ਹੈ, ਸਾਵਧਾਨੀ ਕੀ ਵਰਤਣੀ ਹੈ ਅਤੇ ਸਮੱਸਿਆ ਦਾ ਸਮਾਧਾਨ ਕੀ ਹੈ, ਇਸ ਉੱਤੇ ਅਸੀਂ ਚਰਚਾ ਕਰਾਂਗੇ। ਪ੍ਰੋਗਰਾਮ ਵਿੱਚ ਅੱਗੇ ਤੁਹਾਡੇ ਪੁੱਛੇ ਗਏ ਸਵਾਲ ਦਾ ਅਸੀਂ ਜਵਾਬ ਦੇਵਾਂਗੇ। ਆਓ ਸ਼ੁਰੂ ਕਰਦੇ ਹਾਂ ਪਹਿਲੀ ਰਾਸ਼ੀ ਏਰੀਜ਼ ਯਾਨੀ ਮੇਸ਼ ਤੋਂ। ਮੇਸ਼ ਰਾਸ਼ੀ ਦੇ ਜਾਤਕਾਂ ਲਈ ਅੱਜ ਅਚਾਨਕ ਧਨ ਪ੍ਰਾਪਤੀ ਦੇ ਬਹੁਤ ਵਧੀਆ ਯੋਗ ਬਣਦੇ ਹੋਏ ਨਜ਼ਰ ਆ ਰਹੇ ਨੇ ਅਤੇ ਜੋ ਯੋਜਨਾ ਹੁਣ ਤੱਕ ਪੂਰੀ ਨਹੀਂ ਸੀ ਹੋਈ, ਜੋ ਪਲਾਨਿੰਗ ਪੂਰੀ ਨਹੀਂ ਸੀ ਹੋਈ, ਜਿਸ ਉੱਤੇ ਬਹੁਤ ਦੇਰ ਦਾ ਕੰਮ ਚੱਲ ਰਿਹਾ ਸੀ, ਉਹ ਅੱਜ ਪਲਾਨਿੰਗ ਉਹ ਕੰਮ ਪੂਰਾ ਹੁੰਦਾ ਹੋਇਆ ਨਜ਼ਰ ਆ ਰਿਹਾ ਅਤੇ ਇਹ ਯੋਜਨਾ ਉੱਤੇ ਪੱਕੇ ਪੈਰੀ ਤੁਸੀਂ ਆਪਣਾ ਕੰਮ ਕਰ ਪਾਓਗੇ। ਜੇਕਰ ਤੁਸੀਂ ਵਿਦਿਆਰਥੀ ਹੋ ਤਾਂ ਪੜ੍ਹਾਈ ਵਿੱਚ ਤੁਹਾਡੀ ਰੁਚੀ ਅੱਜ ਵੱਧਦੀ ਹੋਈ ਨਜ਼ਰ ਆ ਰਹੀ ਹੈ ਅਤੇ ਆਫਿਸ ਵਿੱਚ ਮਾਹੌਲ ਤਣਾਅ ਭਰਿਆ ਥੋੜ੍ਹਾ ਜਿਹਾ ਰਹਿ ਸਕਦਾ ਹੈ। ਇਹ ਜ਼ਰੂਰੀ ਹੈ ਜੇਕਰ ਤੁਸੀਂ ਜੋਬ ਵਿੱਚ ਹੋ ਕਿ ਆਪਣੇ ਬੌਸ ਸੀਨੀਅਰ ਨਾਲ ਗੱਲ ਜਿਹੜੀ ਹੈ ਉਹ ਸੋਚ ਸਮਝ ਕੇ ਅਤੇ ਸੰਭਲ ਕੇ ਕਰਨੀ ਹੈ। ਅੱਜ ਦਾ ਉਪਾਅ, ਪੀਲਾ ਰੁਮਾਲ ਇੱਕ ਆਪਣੇ ਕੋਲ ਰੱਖਣਾ ਹੈ। ਲੱਕੀ ਕਲਰ ਇਜ਼ ਰੈੱਡ ਐਂਡ ਲੱਕੀ ਨੰਬਰ ਇਜ਼ 9। ਟੌਰਸ ਯਾਨੀ ਵ੍ਰਿਸ਼ਭ ਰਾਸ਼ੀ, ਤੁਹਾਡੀ ਰੁਚੀ ਮੈਡੀਟੇਸ਼ਨ, ਸਤਸੰਗ ਅਤੇ ਧਾਰਮਿਕ ਗਤੀਵਿਧੀਆਂ ਵਿੱਚ ਵਧੇਗੀ ਅਤੇ ਤੁਹਾਨੂੰ ਅੱਜ ਪੜ੍ਹਾਈ ਵਿੱਚ ਕਾਫੀ ਜ਼ਿਆਦਾ ਮੁਸ਼ੱਕਤ ਅਤੇ ਮਿਹਨਤ ਕਰਨੀ ਪੈ ਸਕਦੀ ਹੈ। ਜੇਕਰ ਤੁਸੀਂ ਬਿਮਾਰ ਚੱਲ ਰਹੇ ਸੀਗੇ, ਤੁਹਾਡੀ ਸਿਹਤ ਵਿੱਚ ਸੁਧਾਰ ਹੁੰਦਾ ਹੋਇਆ ਨਜ਼ਰ ਆ ਰਿਹਾ। ਅੱਜ ਕਿਸੇ ਨਵੇਂ ਵਿਅਕਤੀ ਨਾਲ ਸੰਪਰਕ ਤੁਹਾਡਾ ਬਣ ਸਕਦਾ ਹੈ ਜੋ ਤੁਹਾਡੇ ਬਿਜ਼ਨਸ ਲਈ ਕਾਫੀ ਲਾਭਕਾਰੀ ਸਿੱਧ ਹੋਏਗਾ। ਅੱਜ ਦਾ ਉਪਾਅ, ਕਿ ਤੁਹਾਨੂੰ ਸ਼ਿਵਲਿੰਗ ਅਤੇ ਚਿੱਟੇ ਫੁੱਲਾਂ ਦੀ ਮਾਲਾ ਇੱਕ ਅਰਪਿਤ ਕਰਨੀ ਹੈ। ਲੱਕੀ ਕਲਰ ਹੈ ਪਿੰਕ ਐਂਡ ਲੱਕੀ ਨੰਬਰ ਇਜ਼ 25। ਜੈਮਿਨੀ ਯਾਨੀ ਮਿਥੁਨ ਰਾਸ਼ੀ, ਅੱਜ ਕੋਈ ਵੱਡੀ ਸਫਲਤਾ ਤੁਹਾਡੇ ਹੱਥ ਲੱਗ ਸਕਦੀ ਹੈ ਅਤੇ ਤੁਸੀਂ ਆਪਣੇ ਪਰਿਵਾਰ ਅਤੇ ਸਮਾਜ ਅਤੇ ਪ੍ਰਿਯਜਨ ਪ੍ਰਤੀ ਕਾਫੀ ਸਮਰਪਿਤ ਰਹੋਗੇ। ਅੱਜ ਕੋਈ ਸ਼ੁਭ ਸਮਾਚਾਰ ਮਿਲਣ ਦੀ ਵੀ ਸੰਭਾਵਨਾ ਹੈ ਅਤੇ ਕਰੀਅਰ ਵਿੱਚ ਕੋਈ ਨਵੀਂ ਦਿਸ਼ਾ ਤੁਸੀਂ ਪ੍ਰਾਪਤ ਕਰ ਸਕਦੇ ਹੋ। ਆਪਣੇ ਪੈਂਡਿੰਗ ਕੰਮਾਂ ਨੂੰ ਪੂਰਾ ਕਰਕੇ ਅੱਜ ਤੁਸੀਂ ਤਣਾਅ ਤੋਂ ਮੁਕਤ ਹੋ ਜਾਓਗੇ ਅਤੇ ਰਿਲੈਕਸਡ ਫੀਲ ਕਰੋਗੇ। ਅੱਜ ਦਾ ਉਪਾਅ, ਘਰ ਆਫਿਸ ਦੇ ਮੁੱਖ ਦੁਆਰ 'ਤੇ ਹਲਦੀ ਨਾਲ ਸ਼ੁਭ ਲਾਭ ਲਿਖਣਾ ਤੁਹਾਡੇ ਲਈ ਸ਼ੁਭ ਰਹੇਗਾ। ਲੱਕੀ ਕਲਰ ਹੈ ਬਰਾਊਨ ਐਂਡ ਲੱਕੀ ਨੰਬਰ ਇਸ 1। ਕੈਂਸਰ ਯਾਨੀ ਕਰਕ ਰਾਸ਼ੀ, ਸ਼ੇਅਰ ਮਾਰਕੀਟ ਵਿੱਚ ਲਾਭ ਦੇ ਯੋਗ ਬਣ ਰਹੇ ਨੇ ਅਤੇ ਲੰਬੇ ਸਮੇਂ ਲਈ ਇਨਵੈਸਟਮੈਂਟ ਕਰਨਾ ਤੁਹਾਡੇ ਲਈ ਸ਼ੁਭ ਰਹੇਗਾ। ਅੱਜ ਘਰ ਅਤੇ ਆਫਿਸ ਵਿੱਚ ਕੰਮ ਦਾ ਦਬਾਅ ਥੋੜ੍ਹਾ ਬਣਿਆ ਰਹਿ ਸਕਦਾ ਹੈ, ਮਿਹਨਤ ਨਾਲ ਸਮਝਦਾਰੀ ਨਾਲ ਤੁਹਾਨੂੰ ਸਨਮਾਨ ਪ੍ਰਾਪਤ ਹੋਏਗਾ। ਤੁਸੀਂ ਆਪਣੇ ਦੋਸਤਾਂ ਦੀ, ਮਿੱਤਰਾਂ ਦੀ, ਸਹਿਯੋਗੀਆਂ ਦੀ ਸਾਰੇ ਮਸਲਿਆਂ ਵਿੱਚ ਹੈਲਪ ਕਰ ਪਾਓਗੇ, ਮਦਦ ਕਰ ਪਾਓਗੇ। ਆਪਣਾ ਪਰਸ, ਆਪਣਾ ਮੋਬਾਈਲ, ਆਪਣਾ ਵਾਹਨ ਅੱਜ ਤੁਸੀਂ ਕਿਸੇ ਨੂੰ ਨਹੀਂ ਦੇਣਾ। ਉਪਾਅ ਕੀ ਕਰਨਾ ਹੈ ਕਿ ਬੁੱਧਵਾਰ ਕਾਂਸੇ ਦੇ ਬਰਤਨ ਵਿੱਚ ਰੋਟੀ ਜ਼ਰੂਰ ਖਾਣੀ ਹੈ। ਲੱਕੀ ਕਲਰ ਹੈ ਗ੍ਰੀਨ ਐਂਡ ਲੱਕੀ ਨੰਬਰ ਇਸ 19। ਲੀਓ ਯਾਨੀ ਸਿੰਘ ਰਾਸ਼ੀ, ਅੱਜ ਤੁਹਾਡੇ ਕਾਰੋਬਾਰ ਵਿੱਚ ਅਚਾਨਕ ਬਦਲਾਵ ਦੇ ਸੰਕੇਤ ਨੇ। ਕੋਈ ਨਵੀਂ ਚੀਜ਼ ਤੁਸੀਂ ਜੇਕਰ ਐਡ ਕਰਨਾ ਚਾਹੁੰਦੇ ਹੋ, ਪ੍ਰੋਡਕਟ ਨਵਾਂ ਲਿਆਉਣਾ ਚਾਹੁੰਦੇ ਹੋ, ਲਿਆ ਸਕਦੇ ਹੋ। ਦਿਨ ਸ਼ੁਭ ਹੈ। ਤੁਹਾਡੀ ਉਪਲਬਧੀ ਅਤੇ ਤੁਹਾਡੀ ਆਮਦਨੀ ਦਾ ਗ੍ਰਾਫ ਉੱਚਾ ਜਾਣ ਵਾਲਾ ਹੈ ਅਤੇ ਆਪੇ ਤੁਸੀਂ ਪ੍ਰਸ਼ੰਸਾ ਦੇ ਪਾਤਰ ਬਣੋਗੇ। ਪਰ ਇੱਕ ਗੱਲ ਦਾ ਧਿਆਨ ਰੱਖਣਾ ਹੈ ਕਿ ਤੁਸੀਂ ਦਿਖਾਵੇ ਵਿੱਚ ਨਹੀਂ ਪੈਣਾ। ਕਾਨੂੰਨੀ ਮਾਮਲਿਆਂ ਵਿੱਚ ਵਕੀਲ ਦੀ ਸਲਾਹ ਤੁਹਾਨੂੰ ਸ਼ੁਭ ਮਿਲੇਗੀ, ਵਧੀਆ ਮਿਲੇਗੀ ਅਤੇ ਕੋਈ ਸਰਕਾਰੀ ਅਧਿਕਾਰੀ ਅੱਜ ਤੁਹਾਡੀ ਮਦਦ ਕਰਕੇ ਤੁਹਾਡੇ ਸਰਕਾਰੀ ਕੰਮਾਂ ਨੂੰ ਖਤਮ ਕਰ ਸਕਦਾ ਹੈ। ਅੱਜ ਦਾ ਉਪਾਅ, ਕਿਸੇ ਧਾਰਮਿਕ ਸਥਾਨ ਵਿੱਚ ਕਣਕ ਦਾ ਕੀਤਾ ਦਾਨ ਸ਼ੁਭ ਰਹੇਗਾ। ਲੱਕੀ ਕਲਰ ਇਜ਼ ਨੇਵੀ ਬਲੂ ਐਂਡ ਲੱਕੀ ਨੰਬਰ ਇਜ਼ 18।
ਗੱਲ ਕਰਦੇ ਹਾਂ ਵਰਗੋ ਯਾਨੀ ਕੰਨਿਆ ਰਾਸ਼ੀ ਬਾਰੇ। ਅੱਜ ਕੰਮ ਵਿੱਚ ਤੁਹਾਡਾ ਮਨ ਪੂਰਾ ਲੱਗੇਗਾ ਅਤੇ ਤੁਸੀਂ ਪੂਰੀ ਮਿਹਨਤ ਨਾਲ ਆਪਣੇ ਕੰਮ ਪੂਰੇ ਕਰੋਗੇ। ਮਨ ਮੁਤਾਬਿਕ ਜੀਵਨ ਸਾਥੀ ਮਿਲਣ ਦੇ ਵੀ ਸੰਕੇਤ ਨਜ਼ਰ ਆ ਰਹੇ ਨੇ। ਜੇਕਰ ਤੁਹਾਡੀ ਸ਼ਾਦੀ ਹੋ ਚੁੱਕੀ ਹੈ, ਜੀਵਨ ਸਾਥੀ ਨਾਲ ਕੋਈ ਮਨ ਮੁਟਾਵ ਚੱਲ ਰਿਹਾ ਹੈ, ਉਹ ਦੂਰ ਕਰੋ, ਗੱਲਬਾਤ ਕਰੋ, ਆਪਸ ਵਿੱਚ ਸਮਾਂ ਸਪੈਂਡ ਕਰੋ, ਤੁਹਾਡਾ ਆਪਸ ਵਿੱਚ ਪਿਆਰ ਹੋਰ ਗੂੜਾ ਪਏਗਾ। ਆਪਣੇ ਕੰਮ ਲਈ ਦੂਜਿਆਂ 'ਤੇ ਭਰੋਸਾ ਕਰਨਾ ਅੱਜ ਤੁਹਾਡੇ ਲਈ ਹਾਨੀਕਾਰਕ ਹੋ ਸਕਦਾ ਹੈ। ਕੋਸ਼ਿਸ਼ ਕਰੋ ਆਪਣੇ ਕੰਮ ਆਪਣੇ ਆਪ ਹੀ ਅੱਜ ਪੂਰੇ ਕਰੋ। ਅੱਜ ਦਾ ਉਪਾਅ, ਹਰੀ ਸਬਜ਼ੀਆਂ ਲੰਗਰ ਵਿੱਚ ਦਾਨ ਦੇ ਦਿਓ। ਲੱਕੀ ਕਲਰ ਇਜ਼ ਸੈਫਰਨ ਐਂਡ ਲੱਕੀ ਨੰਬਰ ਇਜ਼ 3। ਪਿਆਰੇ ਦਰਸ਼ਕੋਂ, ਜੇਕਰ ਤੁਹਾਡੇ ਮਨ ਵਿੱਚ ਜੋਤਿਸ਼, ਵਾਸਤੂ ਜਾਂ ਅੰਕ ਸ਼ਾਸਤਰ ਨੂੰ ਲੈ ਕੇ ਕੋਈ ਜਿਗਿਆਸਾ ਹੈ, ਕੋਈ ਸਵਾਲ ਪੁੱਛਣਾ ਚਾਹੁੰਦੇ ਹੋ, ਜਾਂ ਇਹ ਵਿੱਦਿਆ ਨੂੰ ਸਿੱਖ ਕੇ ਆਪਣੇ ਅਤੇ ਆਪਣੇ ਆਸ ਪਾਸ ਦੇ ਲੋਕਾਂ ਦੇ ਜੀਵਨ ਵਿੱਚ ਇੱਕ ਸਕਾਰਾਤਮਕ ਬਦਲਾਵ ਲਿਆਉਣਾ ਚਾਹੁੰਦੇ ਹੋ, ਨਵੇਂ ਕਰੀਅਰ ਨੂੰ ਅਪਣਾਉਣਾ ਚਾਹੁੰਦੇ ਹੋ, ਦੇਸ਼ ਵਿਦੇਸ਼ ਜਾਣਾ ਚਾਹੁੰਦੇ ਹੋ, ਕਿਹੜੇ ਪ੍ਰੋਫੈਸ਼ਨ ਨੂੰ ਚੂਜ਼ ਕਰੀਏ ਉਸ ਬਾਰੇ ਕੋਈ ਕਨਫਿਊਜ਼ਨ ਹੈ, ਜਾਂ ਬਿਜ਼ਨਸ ਵਿੱਚ ਅੱਗੇ ਗਰੋਥ ਨਹੀਂ ਹੋ ਪਾ ਰਹੀ, ਸ਼ਾਦੀ ਵਿਆਹ ਵਿੱਚ ਅੜਚਨ ਆ ਰਹੀ ਹੈ, ਜਾਂ ਸੰਤਾਨ ਪ੍ਰਾਪਤੀ ਵਿੱਚ ਕੋਈ ਡਿਲੇ ਹੈ, ਆਪਣਾ ਘਰ, ਆਪਣਾ ਆਫਿਸ, ਦੁਕਾਨ ਜਾਂ ਆਪਣੀ ਫੈਕਟਰੀ ਵਾਸਤੂ ਅਨੁਰੂਪ ਬਣਾਉਣਾ ਚਾਹੁੰਦੇ ਹੋ, ਆਪਣੇ ਨਾਮ ਨੂੰ ਆਪਣੇ ਨਿਊਮਰੋਲੋਜੀ ਦੇ ਅਨੁਸਾਰ ਅਲਾਈਨ ਕਰਾਉਣਾ ਚਾਹੁੰਦੇ ਹੋ, ਤਾਂ ਤੁਸੀਂ ਆਪਣਾ ਨਾਮ, ਆਪਣੀ ਡੇਟ ਆਫ ਬਰਥ, ਟਾਈਮ ਅਤੇ ਪਲੇਸ ਆਫ ਬਰਥ ਸਾਨੂੰ ਥੱਲੇ ਦਿੱਤੇ ਗਏ ਨੰਬਰ 'ਤੇ ਭੇਜੋ। ਅਸੀਂ ਤੁਹਾਡੀ ਹਰ ਸਮੱਸਿਆ ਦਾ ਸਮਾਧਾਨ ਜ਼ਰੂਰ ਕਰਾਂਗੇ। ਅੱਜ ਜੋ ਸਵਾਲ ਕੀਤਾ ਹੈ, ਉਹ ਸਵਾਲ ਕੀਤਾ ਹੈ ਸੰਜੀਵ ਕੁਮਾਰ ਜੀ ਨੇ ਲੁਧਿਆਣੇ ਤੋਂ, ਕਿ ਕੰਮਕਾਰ ਨਹੀਂ ਚੱਲ ਰਿਹਾ, ਬਹੁਤ ਸਮਾਂ ਹੋ ਗਿਆ, ਕੀ ਉਪਾਅ ਕੀਤਾ ਜਾਵੇ। ਸੰਜੀਵ ਜੀ, ਤੁਹਾਡੀ ਕੁੰਡਲੀ ਜਿਹੜੀ ਹੈ ਉਹ ਤੁਲਾ ਲਗਨ ਦੀ ਕੁੰਡਲੀ ਹੈ ਅਤੇ ਤੁਹਾਨੂੰ ਤੁਹਾਡੀ ਰਾਸ਼ੀ ਹੈ। ਤੁਸੀਂ ਇਸ ਸਮੇਂ ਬ੍ਰਹਿਸਪਤੀ ਵਿੱਚ ਰਾਹੂ ਦੀ ਮਹਾਂਦਸ਼ਾ ਤੋਂ ਗੁਜ਼ਰ ਰਹੇ ਹੋ। ਤੁਹਾਡੀ ਰਾਸ਼ੀ ਲਈ ਬ੍ਰਹਿਸਪਤੀ ਇੱਕ ਅਕਾਰਕ ਪਲੈਨਟ ਹੈ, ਬਾਧਾਪਤੀ ਹੈ, ਜਿਸ ਕਾਰਨ ਬਾਧਕ ਪਤੀ ਹੋਣ ਦੇ ਕਾਰਨ ਇਹ ਤੁਹਾਡੇ ਕੰਮ ਵਿੱਚ ਰੁਕਾਵਟਾਂ, ਵਾਧਾ ਪੈਦਾ ਕਰ ਰਹੇ। ਉਹਦੇ ਨਾਲ ਨਾਲ ਰਾਹੂ ਜਿਹੜਾ ਹੈ ਉਹ ਸਪਤਮ ਭਾਵ ਵਿੱਚ ਹੈ, ਯਾਨੀ ਕਿ ਬਿਜ਼ਨਸ ਹਾਊਸ ਵਿੱਚ ਹੈ, ਅਤੇ ਉਹ ਵੀ ਕੰਮ ਨੂੰ ਚੱਲਣ ਵਿੱਚ ਅੜਚਨ ਪਾ ਰਿਹਾ ਹੈ। ਇਸ ਸਮੇਂ ਤੁਹਾਡੀ ਰਾਸ਼ੀ ਜਿਹੜੀ ਹੈ 3 ਮਹੀਨਿਆਂ ਲਈ ਸਾੜ ਸਤੀ ਤੋਂ ਵੀ ਗੁਜ਼ਰ ਰਹੀ ਹੈ, ਕਿਉਂਕਿ ਸ਼ਨੀ ਵੱਕਰੀ ਹੋ ਗਿਆ ਹੈ ਅਤੇ ਉਹਦੀ ਡਾਇਰੈਕਟ ਦ੍ਰਿਸ਼ਟੀ ਤੁਹਾਡੇ ਕਾਰਿਸਥਾਨ ਉੱਤੇ ਹੈ। ਇਸ ਲਈ ਇਹ ਜ਼ਰੂਰੀ ਹੈ ਕਿ ਤੁਸੀਂ 3 ਉਪਾਅ ਕਰੋ। ਨੰਬਰ 1, ਸ਼ਨੀਵਾਰ ਦੇ ਸ਼ਨੀਵਾਰ ਤੁਸੀਂ ਕਿਸੇ ਵੀ ਧਾਰਮਿਕ ਸਥਾਨ 'ਤੇ ਸਫਾਈ ਵਾਲੀ ਚੀਜ਼ਾਂ ਦਾ ਦਾਨ ਦੇਣਾ ਹੈ, ਲਿਕੁਇਡ ਫੋਰਮ 'ਚ। ਨੰਬਰ 2, ਰਾਹੂ ਦੀ ਸ਼ਾਂਤੀ ਕਰਵਾਉਣਾ, ਪਾਠ ਪੂਜਾ ਕਰਵਾਉਣਾ ਤੁਹਾਡੇ ਲਈ ਬਹੁਤ ਸ਼ੁਭ ਰਹੇਗਾ, ਇਹ ਜ਼ਰੂਰ ਕਰੋ। ਨੰਬਰ 3, ਕਿਉਂਕਿ ਬ੍ਰਹਿਸਪਤੀ ਦੀ ਮਹਾਂਦਸ਼ਾ ਚੱਲ ਰਹੀ ਹੈ ਅਤੇ ਬ੍ਰਹਿਸਪਤੀ ਆਪਣੀ ਮਿੱਤਰ ਰਾਸ਼ੀ ਦਾ ਹੈ, ਇੱਕ ਸੋਨੇ ਦਾ ਛੱਲਾ ਜਾਂ ਉਹਦੀ ਚੈਨ ਇੱਕ ਤੁਸੀਂ ਧਾਰਨ ਕਰੋ ਵੀਰਵਾਰ ਦੇ ਦਿਨ। ਇਹ ਕਰਨ ਨਾਲ ਤੁਹਾਡਾ ਬਿਜ਼ਨਸ ਜ਼ਰੂਰ ਚੱਲੇਗਾ। ਅਤੇ ਕੋਸ਼ਿਸ਼ ਕਰੋ ਤੁਸੀਂ ਰੀਅਲ ਇਸਟੇਟ ਨਾਲ ਜੁੜਿਆ ਹੋਇਆ, ਪ੍ਰੋਪਰਟੀ ਨਾਲ ਜੁੜਿਆ ਹੋਇਆ ਕੋਈ ਕੰਮ ਕਰੋ, ਕਿਉਂਕਿ ਤੁਹਾਡਾ ਮੰਗਲ ਉੱਚਦਾ ਹੋ ਕੇ ਚੌਥੇ ਭਾਵ 'ਚ ਬੈਠਾ ਹੈ ਅਤੇ ਤੁਹਾਡੇ ਆਏ ਦਾ ਵੀ ਉਹ ਮਾਲਿਕ ਹੈ। ਅਤੇ ਰੀਅਲ ਇਸਟੇਟ ਅਤੇ ਪ੍ਰੋਪਰਟੀ ਨਾਲ ਜੁੜਿਆ ਹੋਇਆ ਕੀਤਾ ਕੰਮ ਤੁਹਾਨੂੰ ਜ਼ਿਆਦਾ ਲਾਭਕਾਰੀ ਸਿੱਧ ਹੋਏਗਾ। ਹੁਣ ਗੱਲ ਕਰਦੇ ਹਾਂ ਲਿਬਰਾ ਯਾਨੀ ਤੁਲਾ ਰਾਸ਼ੀ ਬਾਰੇ। ਅੱਜ ਆਪਸੀ ਮਤਭੇਦ ਤੁਹਾਡੇ ਦੂਰ ਹੋਣਗੇ ਅਤੇ ਤੁਸੀਂ ਆਪਸ ਵਿੱਚ ਨਜ਼ਦੀਕੀਆਂ ਵਧਾਓਗੇ। ਤੁਹਾਡਾ ਪਿਆਰ ਆਪਣੇ ਜੀਵਨ ਸਾਥੀ ਪ੍ਰਤੀ ਵਧੇਗਾ ਅਤੇ ਕਾਰਕ ਖੇਤਰ ਵਿੱਚ ਵੀ ਤੁਹਾਨੂੰ ਸਾਰਿਆਂ ਦਾ ਸਾਥ ਮਿਲਦਾ ਹੋਇਆ ਨਜ਼ਰ ਆ ਰਿਹਾ। ਜੇਕਰ ਤੁਸੀਂ ਵਿਦਿਆਰਥੀ ਹੋ, ਪੜ੍ਹਾਈ ਵਿੱਚ ਤੁਹਾਡੀ ਰੁਚੀ ਵਧੇਗੀ ਅਤੇ ਕੋਈ ਪ੍ਰੋਪਰਟੀ ਜਾਂ ਰੀਅਲ ਇਸਟੇਟ ਦਾ ਕੰਮ ਤੁਸੀਂ ਬਣਾਉਣਾ ਚਾਹੁੰਦੇ ਹੋ, ਵਧਾਉਣਾ ਚਾਹੁੰਦੇ ਹੋ, ਉਹਦੇ ਵਿੱਚ ਗਰੋਥ ਤੁਹਾਨੂੰ ਮਿਲ ਸਕਦੀ ਹੈ।
ਜੇਕਰ ਘਰ ਵਿੱਚ ਕੋਈ ਜ਼ਰੂਰੀ ਫੈਸਲਾ ਲੈਣਾ ਹੈ ਤਾਂ ਅੱਜ ਦਾ ਦਿਨ ਉਹ ਫੈਸਲਾ ਲੈਣ ਲਈ ਸ਼ੁਭ ਨਹੀਂ ਹੈ। ਅੱਜ ਦਾ ਦਿਨ ਇਹ ਫੈਸਲਾ ਟਾਲ ਦਿਓ। ਅੱਜ ਉਪਾਅ ਕੀ ਕਰਨਾ ਹੈ ਕਿ ਲਾਲ ਰੰਗ ਦੇ ਆਸਣ 'ਤੇ ਬੈਠ ਕੇ ਆਪਣੇ ਇਸ਼ਟ ਦੇਵ ਨੂੰ ਤੁਸੀਂ ਥੋੜ੍ਹੀ ਦੇਰ ਲਈ ਯਾਦ ਕਰਨਾ ਹੈ। ਲੱਕੀ ਕਲਰ ਹੈ ਪਰਪਲ ਐਂਡ ਲੱਕੀ ਨੰਬਰ ਇਸ 22। ਸਕੋਰਪੀਓ ਯਾਨੀ ਵ੍ਰਿਸ਼ਚਿਕ ਰਾਸ਼ੀ, ਬਿਜ਼ਨਸ ਦੇ ਕੰਮ ਵਿੱਚ ਅੱਜ ਸਾਵਧਾਨੀ ਤੁਸੀਂ ਵਰਤਣੀ ਹੈ। ਸਟਾਫ ਉੱਤੇ ਥੋੜ੍ਹਾ ਚੈੱਕ ਰੱਖਣ ਦੀ ਲੋੜ ਹੈ ਤਾਂ ਕਿ ਕਿਸੇ ਤਰੀਕੇ ਦੀ ਅਲਕਰਜ਼ੀ ਕਾਰਨ ਤੁਹਾਡਾ ਨੁਕਸਾਨ ਨਾ ਹੋਏ। ਮਿਹਨਤ ਤੁਹਾਨੂੰ ਨਵੀਂ ਪਹਿਚਾਣ ਜ਼ਰੂਰ ਦਿਲਾ ਸਕਦੀ ਹੈ। ਆਪਣੇ ਕੰਮ, ਆਪਣੇ ਕਰਾਫਟ ਵਿੱਚ ਮਿਹਨਤ ਕਰਦੇ ਰਹੋ ਅਤੇ ਕਰੀਅਰ ਵਿੱਚ ਜੋ ਨਵੀਂ ਰਾਹ, ਨਵੀਂ ਓਪਰਚੁਨਿਟੀ ਤੁਸੀਂ ਤਲਾਸ਼ ਰਹੇ ਸੀ ਉਹ ਤੁਹਾਨੂੰ ਅੱਜ ਮਿਲ ਸਕਦੀ ਹੈ। ਜੇਕਰ ਤੁਸੀਂ ਪ੍ਰੋਪਰਟੀ ਵੇਚਣ ਲਈ ਲਗਾਈ ਹੋਈ ਹੈ, ਤੁਸੀਂ ਕੋਈ ਆਪਣੀ ਪ੍ਰੋਪਰਟੀ ਡਿਸਪੋਜ਼ ਆਫ ਕਰਨਾ ਚਾਹੁੰਦੇ ਹੋ ਤਾਂ ਅੱਜ ਤੁਹਾਨੂੰ ਉਹਦਾ ਸਹੀ ਮੁੱਲ ਵੀ ਮਿਲ ਜਾਏਗਾ, ਪਰ ਪੇਮੈਂਟ ਥੋੜ੍ਹਾ ਰੁਕ ਕੇ ਆਏਗੀ। ਇਸ ਲਈ ਜ਼ਰੂਰੀ ਹੈ ਕਿ ਤੁਸੀਂ ਐਗਰੀਮੈਂਟ ਕਰਕੇ ਆਪਣੀ ਪ੍ਰੋਪਰਟੀ ਵੇਚੋ, ਤੁਹਾਡੇ ਲਈ ਲਾਭਕਾਰੀ ਰਹੇਗਾ। ਅੱਜ ਦਾ ਉਪਾਅ, ਵੱਡੇ ਪਰਿਜਣਾਂ ਤੋਂ ਕੁਝ ਸਿੱਕੇ ਲੈ ਕੇ ਲਾਲ ਕੱਪੜੇ ਵਿੱਚ ਲਪੇਟ ਕੇ ਆਪਣੇ ਕੋਲ ਰੱਖਣੇ ਨੇ। ਲੱਕੀ ਕਲਰ ਇਜ਼ ਕ੍ਰੀਮ ਐਂਡ ਲੱਕੀ ਨੰਬਰ ਇਜ਼ 11। ਸੈਜੀਟੇਰੀਅਸ ਯਾਨੀ ਧਨੂ ਰਾਸ਼ੀ, ਅੱਜ ਪ੍ਰਮੋਸ਼ਨ ਦੇ ਰਸਤੇ ਤੁਹਾਡੀ ਨੌਕਰੀ ਵਿੱਚ ਖੁੱਲ੍ਹਦੇ ਹੋਏ ਨਜ਼ਰ ਆ ਰਹੇ ਨੇ ਅਤੇ ਕਰੀਅਰ ਵਿੱਚ ਜਿਸ ਮੁਕਾਮ ਦਾ ਬੇਸਬਰੀ ਨਾਲ ਤੁਸੀਂ ਇੰਤਜ਼ਾਰ ਕਰ ਰਹੇ ਹੋ ਉਸ ਵੱਲ ਤੁਸੀਂ ਅੱਜ ਆਪਣੇ ਕਦਮ ਵਧਾਉਣੇ ਸ਼ੁਰੂ ਕਰੋਗੇ। ਪਰਿਵਾਰ ਵਿੱਚ ਸਹਿਯੋਗ ਅਤੇ ਪਿਆਰ ਬਣਿਆ ਰਹੇਗਾ ਅਤੇ ਤੁਹਾਡੇ ਜੋ ਜੀਵਨ ਦੇ ਗੋਲਸ ਨੇ, ਮੁਕਾਮ ਨੇ, ਉਹਨਾਂ ਨੂੰ ਲੈ ਕੇ ਤੁਹਾਡਾ ਪਰਿਵਾਰ ਵੀ ਤੁਹਾਡੀ ਮਦਦ ਕਰਦਾ ਹੋਇਆ ਅੱਜ ਨਜ਼ਰ ਆ ਰਿਹਾ। ਜਿਹੜੇ ਖਿਡਾਰੀ ਨੇ, ਕੋਈ ਗੇਮ ਖੇਡਦੇ ਨੇ, ਸਪੋਰਟਸ ਨਾਲ ਜੁੜੇ ਹੋਏ ਨੇ, ਤੁਹਾਨੂੰ ਆਪਣੇ ਕਰੀਅਰ ਵਿੱਚ ਅੱਗੇ ਵਧਣ ਦਾ ਮੌਕਾ ਮਿਲਣ ਵਾਲਾ ਹੈ। ਅੱਜ ਉਪਾਅ ਕੀ ਕਰਨਾ ਹੈ ਕਿ ਕੁੱਤੇ ਨੂੰ ਸਰ੍ਹੋਂ ਦੇ ਤੇਲ ਨਾਲ ਚੋਪੜੀ ਹੋਈ ਰੋਟੀ ਤੁਸੀਂ ਜ਼ਰੂਰ ਖਿਲਾਣੀ ਹੈ। ਲੱਕੀ ਕਲਰ ਇਜ਼ ਯੈਲੋ ਐਂਡ ਲੱਕੀ ਨੰਬਰ ਇਜ਼ 7। ਕੈਪਰੀਕੋਨ ਯਾਨੀ ਮਕਰ ਰਾਸ਼ੀ, ਹੈਲਥ ਦੇ ਪੱਖ ਤੋਂ ਅੱਜ ਕਾਫੀ ਤੰਦਰੁਸਤ ਮਹਿਸੂਸ ਕਰੋਗੇ, ਤੁਹਾਡੀ ਸਿਹਤ ਵਧੀਆ ਬਣੀ ਰਹੇਗੀ, ਪਰ ਨਿਚਲੇ ਭਾਗ ਵਿੱਚ ਅਤੇ ਪਿੱਠ ਦੇ ਇਲਾਕੇ ਵਿੱਚ ਥੋੜ੍ਹੀ ਜਿਹੀ ਪੇਨ, ਥੋੜ੍ਹੀ ਜਿਹੀ ਦਰਦ ਦੀ ਸਮੱਸਿਆ ਤੁਹਾਨੂੰ ਹੋ ਸਕਦੀ ਹੈ। ਜੇਕਰ ਤੁਸੀਂ ਵਿਦੇਸ਼ ਵਿੱਚ ਬਿਜ਼ਨਸ ਕਰਨਾ ਚਾਹੁੰਦੇ ਹੋ, ਮਨ ਬਣਾ ਰਹੇ ਹੋ ਅਤੇ ਤੁਹਾਡੇ ਪਲੈਨ ਨੂੰ ਥੋੜ੍ਹਾ ਜਿਹਾ ਹੋਰ ਸਮਾਂ ਚਾਹੀਦਾ ਹੈ, ਹਾਲੇ ਐਗਜੀਕਿਊਸ਼ਨ ਵਿੱਚ ਇਹ ਪਲੈਨ ਨਹੀਂ ਜਾ ਪਾਏਗਾ, ਆਈਡੀਆ ਤੁਹਾਡਾ ਜ਼ਰੂਰ ਠੀਕ ਹੈ, ਇਹਦੇ ਉੱਤੇ ਥੋੜ੍ਹਾ ਜਿਹਾ ਕੰਮ ਕਰਨ ਦੀ ਲੋੜ ਹੈ। ਇਨਵੈਸਟਮੈਂਟ ਕਰਨ ਵਾਸਤੇ ਦਿਨ ਚੰਗਾ ਹੈ, ਥੋੜ੍ਹੀ ਸੋਚ ਸਮਝ ਕੇ ਇਨਵੈਸਟਮੈਂਟ ਕਰਨੀ ਹੈ, ਕੋਸ਼ਿਸ਼ ਬਹੁਤ ਜ਼ਿਆਦਾ ਵੱਡੀ ਇਨਵੈਸਟਮੈਂਟ ਨਾ ਕਰੋ। ਆਪਣੇ ਪਾਰਟਨਰ ਦੀ ਗੱਲ ਜ਼ਬਰਦਸਤੀ ਅੱਜ ਤੁਹਾਨੂੰ ਮੰਨਣੀ ਪਏਗੀ, ਕਿਉਂਕਿ ਉਹ ਜੋ ਗੱਲ ਕਹਿ ਰਹੇ ਨੇ, ਕਰ ਰਹੇ ਨੇ, ਉਹ ਗੱਲ ਬਿਲਕੁਲ ਸਹੀ ਹੈ। ਅੱਜ ਦਾ ਉਪਾਅ, ਸੰਦਲ ਦਾ ਟਿੱਕਾ ਮੱਥੇ ਅਤੇ ਨਾਭੀ ਉੱਤੇ ਲਗਾਉਣਾ ਹੈ। ਲੱਕੀ ਕਲਰ ਇਜ਼ ਮੈਰੂਨ ਐਂਡ ਲੱਕੀ ਨੰਬਰ ਇਜ਼ 27। ਐਕੁਏਰੀਅਸ ਯਾਨੀ ਕੁੰਭ ਰਾਸ਼ੀ, ਆਪਣੇ ਕੰਮ ਦੇ ਖੇਤਰ ਵਿੱਚ ਅੱਜ ਤੁਸੀਂ ਚੰਗੀ ਤਰ੍ਹਾਂ ਖੁੱਭ ਕੇ ਮਿਹਨਤ ਕਰੋਗੇ ਅਤੇ ਇਹ ਮਿਹਨਤ ਰੰਗ ਲਿਆਏਗੀ। ਛੁਪੇ ਹੋਏ ਦੁਸ਼ਮਣ ਤੁਹਾਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰ ਸਕਦੇ ਨੇ, ਪਰ ਸਫਲ ਨਹੀਂ ਰਹਿਣਗੇ ਅਤੇ ਘਰ ਵਿੱਚ ਕੋਈ ਮੰਗਲ ਕਾਰਜ ਜੇਕਰ ਤੁਸੀਂ ਕਰਨਾ ਚਾਹੁੰਦੇ ਹੋ ਤਾਂ ਉਹਦੇ ਲਈ ਦਿਨ ਸ਼ੁਭ ਹੈ। ਯੋਗ ਵੀ ਬਣਦੇ ਹੋਏ ਨਜ਼ਰ ਆ ਰਹੇ ਨੇ। ਘਰ ਦੀ ਰੈਨੋਵੇਸ਼ਨ ਜਾਂ ਸਾਜ ਸੱਜਾ ਲਈ ਜੇਕਰ ਤੁਸੀਂ ਕੰਮ ਸ਼ੁਰੂ ਕਰਨਾ ਹੈ ਤਾਂ ਜ਼ਰੂਰ ਕਰ ਸਕਦੇ ਹੋ ਅਤੇ ਸਟੂਡੈਂਟਸ ਨੂੰ ਆਪਣੇ ਮਨਚਾਹੇ ਕਾਲਜ ਵਿੱਚ ਐਡਮਿਸ਼ਨ ਮਿਲਦੀ ਹੋਈ ਵੀ ਨਜ਼ਰ ਆ ਰਹੀ ਹੈ। ਅੱਜ ਦਾ ਉਪਾਅ, ਧਾਰਮਿਕ ਸਥਲ 'ਤੇ ਕਿਸੇ ਗਰੀਬ ਇਨਸਾਨ ਨੂੰ ਅਨਾਜ ਦਾ ਕੀਤਾ ਦਾਨ ਤੁਹਾਡੇ ਲਈ ਬਹੁਤ ਸ਼ੁਭ ਰਹੇਗਾ। ਲੱਕੀ ਕਲਰ ਹੈ ਪੀਚ ਐਂਡ ਲੱਕੀ ਨੰਬਰ ਇਜ਼ 32। ਪਾਈਸਿਸ ਯਾਨੀ ਮੀਨ ਰਾਸ਼ੀ, ਅੱਜ ਕਿਸਮਤ ਤੁਹਾਡੇ ਨਾਲ ਖੜੀ ਨਜ਼ਰ ਆ ਰਹੀ ਹੈ, ਚਮਕੀ ਹੋਈ ਨਜ਼ਰ ਆ ਰਹੀ ਹੈ, ਤੁਹਾਡਾ ਪੂਰਾ ਸਾਥ ਤੁਹਾਡੀ ਕਿਸਮਤ ਅੱਜ ਦੇਵੇਗੀ। ਜਿਹੜੇ ਕੰਮ ਨੂੰ ਹੱਥ ਪਾਓਗੇ ਉਹ ਕੰਮ ਜ਼ਰੂਰ ਪੂਰਾ ਹੋਏਗਾ ਅਤੇ ਆਫਿਸ ਵਿੱਚ ਵੀ ਤੁਹਾਡੇ ਮਨ ਮੁਤਾਬਕ ਤੁਹਾਡੇ ਸਾਰੇ ਕੰਮ ਪੂਰੇ ਹੋ ਜਾਣਗੇ।
ਤੁਹਾਡੇ ਕੋਲੀਗਸ ਦੋਸਤ ਸਪੋਰਟਿਵ ਰਹਿਣਗੇ ਅਤੇ ਸੀਨੀਅਰਸ ਵੀ ਤੁਹਾਨੂੰ ਅੱਜ ਜ਼ਰੂਰ ਫੇਵਰ ਕਰਨਗੇ ਅਤੇ ਅੱਜ ਆਪਣੇ ਪਾਰਟਨਰ ਨਾਲ ਕਿਤੇ ਬਾਹਰ ਘੁੰਮਣ ਫਿਰਨ ਦਾ ਤੁਹਾਡਾ ਪ੍ਰੋਗਰਾਮ ਬਣ ਸਕਦਾ ਹੈ ਅਤੇ ਤੁਹਾਡਾ ਇਹ ਪ੍ਰੋਗਰਾਮ ਸਫਲ ਰਹੇਗਾ। ਅੱਜ ਦਾ ਉਪਾਅ, ਤਾਂਬੇ ਦਾ ਖੁੱਟਾ ਸਿੱਕਾ ਇੱਕ ਲਾਲ ਧਾਗੇ ਵਿੱਚ ਪਿਰੋ ਕੇ ਤੁਸੀਂ ਗਲੇ ਵਿੱਚ ਧਾਰਨ ਕਰ ਸਕਦੇ ਹੋ। ਲੱਕੀ ਕਲਰ ਹੈ ਮਜੈਂਟਾ ਐਂਡ ਲੱਕੀ ਨੰਬਰ ਇਸ 22। ਪਿਆਰੇ ਦਰਸ਼ਕੋਂ, ਇਹ ਸੀ ਤੁਹਾਡਾ ਖਾਸ ਪ੍ਰੋਗਰਾਮ ਅੱਜ ਦਾ ਰਾਸ਼ੀਫਲ। ਮੈਂ ਐਸਟ੍ਰੋਲੋਜਰ ਅਤੇ ਵਾਸਤੂ ਐਕਸਪਰਟ ਜਿਸ਼ਨੂੰ ਗੁਪਤਾ ਤੁਹਾਡੇ ਸਾਹਮਣੇ ਕੱਲ੍ਹ ਫਿਰ ਹਾਜ਼ਰ ਹੋਵਾਂਗਾ ਇਸੇ ਸਮੇਂ ਇਸੇ ਚੈਨਲ ਉੱਤੇ ਨਵੇਂ ਰਾਸ਼ੀਫਲ, ਨਵੇਂ ਉਪਾਅ, ਲੱਕੀ ਕਲਰ ਅਤੇ ਲੱਕੀ ਨੰਬਰ ਲੈ ਕੇ। ਅੱਜ ਲਈ ਮੈਨੂੰ ਇਜਾਜ਼ਤ ਦੇ ਦਿਓ। ਮੈਂ ਰੱਬ ਅੱਗੇ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਕਿ ਤੁਹਾਡਾ ਅੱਜ ਦਾ ਦਿਨ ਲੱਕੀ ਰਹੇ, ਸ਼ੁਭ ਰਹੇ, ਮੰਗਲਕਾਰੀ ਰਹੇ। ਨਮਸਕਾਰ, ਸਤਿ ਸ਼੍ਰੀ ਅਕਾਲ।